ਤੁਸੀਂ ਨਿਮੋ? ਹਾਂ ਮੈਂ ਨਿਮੋ। ਕੀ ਤੁਸੀਂ ਮੈਨੂੰ ਜਾਣਦੇ ਹੋ? ਕੀ ਮੇਰਾ ਤੁਹਾਡੇ ਨਾਲ ਫੇਰ ਚੱਲ ਰਿਹਾ? ਓਏ ਤੂੰ ਹੱਸੀ ਕਿਉਂ ਜਾਨੀ ਹੈ? ਸਿਮਰਨ ਨੂੰ ਸਿੱਧਾ ਦੱਸ ਕਿ ਆਪਣਾ ਕੋਈ ਰਿਸ਼ਤਾ ਨਹੀਂ ਹੈਗਾ। ਉਹ ਹੋਰ ਤਾਂ ਹੋਰ, ਇੱਥੇ ਤਾਂ ਗੱਲ ਤਲਾਕ ਤੱਕ ਪਹੁੰਚੀ ਪਈ ਹੈ। ਤਲਾਕ ਨੂੰ ਮਾਰ ਗੋਲੀ, ਇੱਥੇ ਗੱਲ ਜਾਣ ਤੇ ਪਹੁੰਚੀ ਪਈ ਹੈ। ਦੇਖੋ ਨਿਮੋ ਜੀ, ਜੋ ਵੀ ਸੱਚਾਈ ਹੈ ਦੱਸੋ, ਆਖਿਰ ਉਹ ਲੈਟਰ ਕਿਹਦੇ ਨਾਂ ਤੇ ਸੀ? ਹਾਂ ਜਲਦੀ ਦੱਸ, ਛੇਤੀ ਦੱਸ, ਤੇਰਾ ਇਹਨਾਂ ਤਿੰਨੋਂ ਵਿੱਚੋਂ ਕਿਹਦੇ ਨਾਲ ਅਫੇਅਰ ਚੱਲਦਾ ਪਿਆ? ਮੈਂ ਕਿਉਂ ਦੱਸਾਂ, ਉਹ ਆਪ ਦੱਸੇਗਾ। ਦੇਖ ਤੂੰ ਸਾਡਾ ਸਬਰ ਨਾ ਪਰਖ, ਜਲਦੀ ਦੱਸ। ਉਹ ਆਪ ਦੱਸੇਗਾ, ਇੱਕ ਮਰਦ ਹੋ ਕੇ ਉਹ ਨਹੀਂ ਦੱਸ ਸਕਦਾ, ਉਹ ਆਪਣੇ ਪਿਆਰ ਦਾ ਇਜ਼ਹਾਰ ਖੁਦ ਕਰੇਗਾ। ਬਿੱਟੂ ਤੇਰਾ ਭਾਂਡਾ ਫੁੱਟ ਗਿਆ, ਛੇਤੀ ਛੇਤੀ ਦੱਸ ਕਦੋਂ ਤੋਂ ਚੱਲ ਰਿਹਾ ਸਭ ਕੁਝ? ਜਿਹੋ ਜਿਹੇ ਆਲੇ ਉਹੋ ਜਿਹੇ ਕੁੱਜੇ, ਉਹ ਮੈਂ ਕਿਸੇ ਨਿੰਮੋ ਨੂੰ ਜਾਣਦਾ, ਤੂੰ ਤਾਂ ਹੈ ਹੀ ਠਰਕੀ। ਓਏ ਤੁਹਾਡੇ ਦੋਨਾਂ ਦੇ ਚੱਕਰਾਂ ਦੇ ਵਿੱਚ ਮੈਂ ਐਵੇਂ ਬਿਜ਼ੀ ਜਾਂਦਾ। ਜੱਸੀ ਦੇਖ ਮੈਂ ਲਾਸਟ ਵਾਰ ਪੁੱਛ ਰਹੀ ਹਾਂ, ਸੱਚੀ ਸੱਚੀ ਦੱਸ ਦੇ। ਹਰਗੁਣ ਮੈਂ ਵੀ ਤੈਨੂੰ ਲਾਸਟ ਟਾਈਮ ਦੱਸ ਰਿਹਾ, ਮੈਨੂੰ ਨਹੀਂ ਪਤਾ। ਮੈਂ ਵੀ ਨਹੀਂ ਜਾਣਦਾ, ਮੈਂ ਵੀ ਨਹੀਂ ਜਾਣਦਾ। ਸਾਹਿਬ ਜੀ ਇਬ ਤੋਂ ਥਾਰਾ ਭਾਂਡਾ ਫੁੱਟ ਚੁੱਕਿਆ ਸੈ, ਇਬ ਸੱਚ ਛੁਪਾਉਣ ਕਾ ਕੋਈ ਫਾਇਦਾ ਕੋ ਨਹੀਂ। ਅਬ ਸੱਚੀ ਸੱਚੀ ਬਤਾ ਦਿਓ, ਯਾ ਕਮੇਟੀ ਤਾਂ ਤਿੰਨਾਂ ਨੇ ਮਿਲ ਕੇ ਹੀ ਬਿਠਾਈ ਥੀ ਨਾ? ਦੱਸੋ ਨਿੰਮੋ ਕੀ ਦਾ ਸੈਟਅਪ ਹੈ? ਉਹ ਅਸੀਂ ਕਿਹਾ ਨਾ ਅਸੀਂ ਕਿਸੇ ਨਿੰਮੋ ਨੂੰ ਨਹੀਂ ਜਾਣਦੇ, ਪਰ ਮੈਂ ਜਾਣਦਾ। ਓ ਰਾਜੂ ਤੂੰ ਆ ਲੈਟਰ ਪੋਸਟ ਨਹੀਂ ਕਰਕੇ ਆਇਆ? ਓ ਬਾਈ ਜੀ ਮੈਂ ਤਾਂ ਲੈਟਰ ਕਦੋਂ ਦਾ ਪੋਸਟ ਕਰਤਾ? ਫਿਰ ਆ ਲੈਟਰ ਤੇਰੀ ਮਾਂ ਦਾ? ਕਿਹੜਾ ਲੈਟਰ? ਓ ਆ ਲੈਟਰ। ਓ ਬਾਈ ਜੀ ਇਹ ਲੈਟਰ ਤਾਂ ਮੈਂ ਪੋਸਟ ਕਰਤਾ ਸੀ, ਇਹ ਵਾਪਿਸ ਕਿਵੇਂ ਆ ਗਿਆ? ਓਏ ਉੱਲੂ ਦਿਆ ਪੱਠਿਆ, ਮੈਨੂੰ ਲੱਗਦਾ ਤੂੰ ਦੂਸਰਾ ਲੈਟਰ ਪੋਸਟ ਕਰਿਆ ਆ। ਮੇਰੀ ਜਾਨ ਵਾਲਾ ਦੂਜਾ ਲੈਟਰ? ਓ ਬਾਈ ਜੀ ਜਿਹੜਾ ਉੱਤੇ ਪਿਆ ਸੀ ਮੈਂ ਉਹੀ ਕੀਤਾ ਪੋਸਟ। ਓਏ ਪਤੰਦਰਾ ਉਸ ਲੈਟਰ ਤੇ ਆਪਣੇ ਪੁਰਾਣੇ ਘਰ ਦਾ ਐਡਰੈਸ ਸੀ। ਹਾਏ ਓਏ, ਓ ਬਾਈ ਜੀ ਤੁਸੀਂ ਭੁੱਲ ਗਏ ਕੀ? ਕਿ ਮੇਰੇ ਲਈ ਹਰ ਇੱਕ ਕਾਲਾ ਅਕਸ਼ਰ ਮੱਝ ਬਰਾਬਰ ਆ। ਕੀ ਮਤਲਬ? ਓ ਮਤਲਬ ਮੈਂ ਅਨਪੜ ਆ। ਓ ਚੱਡੇ ਨਿੰਮੋ ਤੇਰਾ ਸੈਟਅਪ ਹੈ? ਓ ਨਹੀਂ ਇਹ ਨਿੰਮੋ ਨਹੀਂ, ਇਹ ਮੇਰੀ ਫਰੈਂਡ ਸਵੀਟੀ ਹੈ। ਸਵੀਟੀ? ਹਾਂ ਜਦੋਂ ਮੈਨੂੰ ਪਤਾ ਲੱਗਿਆ ਨਾ ਕਿ ਤੁਹਾਡੇ ਘਰ ਦੇ ਵਿੱਚ ਭੁਚਾਲ ਆਇਆ ਹੋਇਆ ਤਾਂ ਮੈਂ ਵੀ ਫਿਰ ਇੱਕ ਗੇਮ ਖੇਡੀ। ਉਹਨਾਂ ਨੇ ਮੇਰੀ ਘਰੇ ਬੁਲਾ ਕੇ ਬੇਇੱਜ਼ਤੀ ਕੀਤੀ ਸੀ। ਹਾਂ ਹੁਣ ਬਦਲਾ ਲੈਣ ਦਾ ਟਾਈਮ ਆ ਗਿਆ। ਗੇਮ ਖੇਡੀ? ਹਾਂ ਮੈਨੂੰ ਪਤਾ ਹੈ ਕਿ ਤੁਹਾਡੇ ਤਿੰਨਾਂ ਚੋਂ ਕਿਸੇ ਦਾ ਫਿਰ ਨਿੰਮੋ ਨਾਲ ਨਹੀਂ ਹੈ, ਇਸੇ ਕਰਕੇ ਮੈਂ ਆਪਣੀ ਫਰੈਂਡ ਸਵੀਟੀ ਨੂੰ ਨਿੰਮੋ ਬਣਾ ਕੇ ਤੁਹਾਡੇ ਘਰੇ ਭੇਜਿਆ ਮਜ਼ੇ ਲੈਣ ਲਈ। ਓਏ ਤੂੰ ਸਾਡੇ ਨਾਲ ਐਡਾ ਵੱਡਾ ਮਜ਼ਾਕ ਕਿਉਂ ਕੀਤਾ? ਚੱਡਿਆ ਤੇਰੇ ਚੱਕਰ 'ਚ ਮੇਰੀ ਚੱਡੀ ਫਟ ਜਾਣੀ ਸੀ ਤੇ ਮੇਰਾ ਤਲਾਕ ਹੋ ਜਾਣਾ ਸੀ, ਕਿਸੇ ਦੀ ਜਾਨ ਚਲੀ ਜਾਣੀ ਸੀ। ਚੱਡਾ ਜੀ ਤੁਸੀਂ ਐਵੇਂ ਕਿਉਂ ਕੀਤਾ? ਹਰਗੁਣ ਜੀ ਤੁਹਾਡੇ ਯਾਦ ਹੈ ਨਾ ਜਿਸ ਦਿਨ ਤੁਹਾਡੀ ਮੈਰਿਜ ਐਨੀਵਰਸਰੀ ਸੀ, ਇਹਨਾਂ ਪਤੰਦਰਾਂ ਨੇ ਮੈਨੂੰ ਘਰੇ ਬੁਲਾ ਕੇ ਪਾਰਟੀ 'ਚ ਮੇਰੀ ਬੇਇੱਜ਼ਤੀ ਕੀਤੀ ਸੀ। ਮੈਂ ਸੋਚ ਰਿਹਾ ਸੀ ਕਿ ਕਿਸੇ ਦਿਨ ਇਹਨਾਂ ਦੀ ਲਾਪਾ ਕਰੂੰਗਾ, ਮੌਕਾ ਮਿਲ ਗਿਆ। ਪਰ ਤੁਸੀਂ ਇਹਨੇ ਯਕੀਨ ਨਾਲ ਕਿਵੇਂ ਕਹਿ ਸਕਦੇ ਹੋ ਕਿ ਇਹਨਾਂ ਤਿੰਨਾਂ ਵਿੱਚੋਂ ਕਿਸੇ ਦਾ ਵੀ ਅਫੇਅਰ ਇਸ ਨਿੰਮੋ ਨਾਲ ਨਹੀਂ ਹੈ? ਜੇ ਤੈਨੂੰ ਇੰਨੇ ਹੀ ਭੋਲੇ ਨੇ ਤੇ ਉਹ ਨਿੰਮੋ ਨਾਮ ਦਾ ਲੈਟਰ ਕਿਹਦਾ? ਓਏ ਤੁਸੀਂ ਗੌਰ ਨਾਲ ਲੈਟਰ ਦੇਖੋ, ਉਹਦੇ ਤੇ 3 ਸਾਲ ਪਹਿਲਾਂ ਦੀ ਡੇਟ ਲਿਖੀ ਹੋਈ ਹੈ। ਲਿਆਓ 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 ਦੇਖੋ। ਕਮਾਲ ਦੀ ਗੱਲ ਆ, ਕਿਹੜੇ ਭਚਾਲ ਪਾਤੇ। ਹਾਂ ਹਾਂ ਤੇ 3 ਸਾਲ ਪਹਿਲਾਂ ਇਹ ਘਰ ਮੇਰਾ ਸੀ, ਇਸ ਕਰਕੇ ਲੈਟਰ ਮੇਰੇ ਲਈ ਸੀ। ਤੇਰੇ ਲਈ? ਪਰ ਤੁਹਾਨੂੰ ਇਹ ਚਿੱਠੀ ਭੇਜੀ ਕਿੰਨੇ? ਮੇਰੀ ਸਾਲੀ ਨੇ, ਜਦੋਂ ਮੈਂ ਵਾਂਸ ਮੈਰਿਡ ਸੀ ਉਦੋਂ ਮੇਰੀ ਸਾਲੀ ਦੀ ਮੇਰੀ ਘਰਵਾਲੀ ਨਾਲ ਬਣਦੀ ਨਹੀਂ ਸੀ। ਮਤਲਬ ਤੁਹਾਡਾ ਫੇਰ ਤੁਹਾਡੀ ਸਾਲੀ ਨਾਲ ਸੀ? ਉਹ ਨਹੀਂ, ਮੇਰੀ ਸਾਲੀ ਨੇ ਮੇਰੀ ਘਰਵਾਲੀ ਨੂੰ ਪਰੇਸ਼ਾਨ ਕਰਨ ਲਈ ਗਲਤ ਨਾਮ ਤੋਂ ਇਹ ਲੈਟਰ ਲਿਖਿਆ ਸੀ ਤੇ ਉਦੋਂ ਇਸੇ ਤਰ੍ਹਾਂ ਹੀ ਸਾਡੇ ਘਰ ਵੀ ਭੁਚਾਲ ਪਿਆ ਸੀ ਜਿਸ ਤਰ੍ਹਾਂ ਤੁਹਾਡੇ ਘਰ 'ਚ ਪਿਆ। ਪਰ ਇਹ ਲੈਟਰ 3 ਸਾਲ ਬਾਅਦ ਪੋਸਟ ਕਿਵੇਂ ਹੋ ਗਿਆ? ਉਹ ਮੇਰੇ ਪਤੰਦਰ ਨੌਕਰ ਨੇ ਕੀਤਾ, ਉਹਨੂੰ ਮੈਂ ਕਿਹਾ ਸੀ ਕਿ ਦੂਸਰਾ ਲੈਟਰ ਪੋਸਟ ਕਰਨਾ, ਉਹਨੇ ਆਹ ਵਾਲਾ ਪੋਸਟ ਕਰਤਾ। ਉਹਦੇ ਲਈ ਹਰੇਕ ਕਾਲਾ ਅੱਖਰ ਮਹਿਸ ਬਰੋਬਰ ਹੈ, ਅਨਪੜ੍ਹ ਹੈ ਨਾ। ਚੱਡਿਆ ਤੇਰੀ ਤਾਂ ਮੈਂ